ਕਿਉਂਕਿ ਕਲਾਸੀਕਲੀ ਅਸੀਂ ਸਿੱਖਦੇ ਸੀਗੇ, ਕਲਾਸੀਕਲੀ ਵਜਾਉਂਦੇ ਸੀਗੇ, ਉਦੋਂ ਸਾਨੂੰ ਇੱਦਾਂ ਵੀ ਨਹੀਂ ਸੀਗਾ ਕਿ ਅਸੀਂ ਇਸ ਤਰ੍ਹਾਂ ਸਿੰਗਰ ਬਣਨਾ ਜਾਂ ਇੱਦਾਂ ਨਹੀਂ, ਅਸੀਂ ਕਰਨ ਲਈ ਪਹਿਲਾਂ ਸਿੱਖਿਆ, ਸਿਰਫ ਸੰਗੀਤ ਦੇ ਸ਼ੌਂਕ ਲਈ, ਪਿਆਰ ਲਈ ਅਸੀਂ ਸਿੱਖਿਆ। ਤੇ ਫਿਰ ਮੈਂ ਕਿਹਾ ਕਿ ਮੈਂ ਵੀ ਜਾਣਾ, ਮੈਂ ਵੀ ਜਾਣਾ ਇੱਦਾਂ ਉਹਨਾਂ ਕੋਲ। ਤੇ ਫਿਰ ਮੈਂ ਉੱਥੇ ਚਲਾ ਗਿਆ ਤੇ ਅਸੀਂ ਸਾਰੇ ਤਿੰਨੇ ਇਕੱਠੇ ਚਲ ਗਏ। ਜਦੋਂ ਪਹਿਲੀ ਵਾਰੀ ਜਾ ਕੇ ਮੈਂ ਮਿਲਿਆ ਨਾ, ਤੇ ਤੁਸੀਂ ਸੱਚ ਜਾਣਿਓ, ਮੈਨੂੰ ਇੱਦਾਂ ਲੱਗਾ ਕਿ ਮੈਂ ਇਹਨਾਂ ਨੂੰ ਰੋਜ਼ ਮਿਲਦਾ, ਕਿਉਂਕਿ ਮੈਂ ਇੰਨੀਆਂ ਗੱਲਾਂ ਸੁਣੀਆਂ ਸੀ, ਇੰਨਾ ਕੁਛ ਉਹਨਾਂ ਦਾ ਸਿੱਖ ਲਿਆ ਸੀਗਾ। ਤੇ ਉਹਨਾਂ ਨੇ ਫਿਰ ਹੱਸਦਿਆਂ ਹੱਸਦਿਆਂ ਨੇ ਕਿਹਾ, ਕਹਿੰਦੇ ਵੀ ਤੂੰ ਕਿੰਨੀਆਂ ਚੀਜ਼ਾਂ ਸਿੱਖ ਲਈਆਂ, ਕਿੰਨੇ ਰਾਗ ਲੋਕਾਂ ਗੈਟਿੰਗ ਇਮੋਸ਼ਨਲ ਨਾਓ ਬਿਕਾਜ਼ ਦੀਸ ਸਟੋਰੀਜ਼, ਇਹ ਤੁਹਾਨੂੰ ਇਹ ਤੁਹਾਡੀ ਸ਼ੇਪ ਬਣਾਉਣੀ ਆ, ਆਰਟਿਸਟਿਕ ਸ਼ੇਪ। ਤੇ ਕਹਿੰਦੇ, ਮੈਂ ਕਿਹਾ ਜੀ ਮੈਂ ਇੰਨੇ ਰਾਗ ਸਿੱਖ ਲਏ ਜਿਹੜੇ ਤੁਸੀਂ ਭਾਜੀ ਉਹਨਾਂ ਨੂੰ ਸਿਖਾਏ। ਕਹਿੰਦੇ ਪਰ ਐਵਰੀ ਸਿੰਗਲ ਟਾਈਮ, ਮੈਂ ਤੇ ਕਹਿ ਨਹੀਂ ਹੋਣੀ ਇਹ ਗੱਲ, ਕਹਿੰਦੇ ਐਵਰੀ ਸਿੰਗਲ ਟਾਈਮ ਤੇਰਾ ਭਰਾ ਪੁੱਛਦਾ ਹੁੰਦਾ ਸੀਗਾ, ਮੈਂ ਆਪਣੇ ਭਰਾਵਾਂ ਨੂੰ ਸਿਖਾ ਦਵਾਂ। Wow, that's amazing. Can I teach this to my brother? Puch ke jaana ke ta tera aa hun tujhe nu marzi sikha. Yeah, so inna jaane ke pehla to inna pyar kita unhone. That's yeah, crazy. That's it. Let's make that's some crazy. Noise for that man. Yeah. Absolutely, that's a beautiful thing man. Yeah. to see that ke pra mother vich inna pyar hoye ke ਉਹਨੇ ਆਪਣੇ ਲਈ ਨਹੀਂ ਸਿੱਖਿਆ ਕਿ ਮੈਂ ਸਿੱਖ ਕੇ ਮੈਂ ਆਪਣੇ ਆਪ ਵਧੀਆ ਸਿੰਗਰ ਬਣਾ ਕੇ ਮੈਂ ਘਰ ਜਾ ਕੇ ਮੇਰੇ ਭਰਾਵਾਂ ਨੂੰ ਵੀ ਸਿਖਾ ਸਕਦਾ ਹਾਂ। ਦੈਟਸ ਅਮੇਜ਼ਿੰਗ, ਬਿਊਟੀਫੁਲ ਗੱਲ। ਮੈਂ ਉਹਨਾਂ ਨੂੰ ਸਿਖਾਉਂਗਾ, ਮੈਂ ਉਹਨਾਂ ਨੂੰ ਜਾ ਕੇ ਸੁਣਾਉਂਗਾ।